ਸਤਿ ਸ਼੍ਰੀ ਅਕਾਲ ਦੋਸਤੋ, ਸੁਖਮਨੀ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਮੈਂ ਸਤਿੰਦਰ ਭਾਟੀਆ ਤੁਹਾਡਾ ਸਟੂਡੀਓ ਸਵਾਗਤ ਕਰਨਾ। ਮੈਂ ਰੈਗੂਲੇਟਡ ਲਾਇਸੈਂਸ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਇੱਕ ਵਾਰ ਫਿਰ ਤੋਂ ਬੇਹੱਦ ਖੁਸ਼ ਕਿਉਂਕਿ ਅੱਜ ਐਕਸਪ੍ਰੈਸ ਐਂਟਰੀ ਦਾ ਡਰਾਅ ਆਇਆ। ਜੀ ਹਾਂ, ਐਕਸਪ੍ਰੈਸ ਐਂਟਰੀ ਦਾ ਅੱਜ ਦਾ ਡਰਾਅ ਅਕਤੂਬਰ ਦਾ ਪਹਿਲਾ ਡਰਾਅ ਹੈ। ਸੋ ਸ਼ੁਰੂਆਤ ਹੋ ਗਈ ਹੈ ਅਕਤੂਬਰ ਦੇ ਮਹੀਨੇ ਦੇ ਵਿੱਚ, ਪਹਿਲਾ ਐਕਸਪ੍ਰੈਸ ਐਂਟਰੀ ਡਰਾਅ ਆਇਆ। ਪੂਰੀ ਡਿਟੇਲ, ਪੂਰਾ ਐਨਾਲਿਸਿਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਉਸ ਤੋਂ ਪਹਿਲਾਂ ਬਹੁਤ ਛੋਟੀ ਜਿਹੀ ਰਿਕੁਐਸਟ, ਤੁਸੀਂ ਚੈਨਲ ਤੇ ਨਵੇਂ ਹੋ ਔਰ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਇਸ ਚੈਨਲ ਤੇ ਅਸੀਂ ਬਹੁਤ ਸਾਰੀਆਂ ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਨਿਊਜ਼, ਅਪਡੇਟ, ਟਿਪਸ, ਟ੍ਰਿਕਸ ਤੁਹਾਡੇ ਨਾਲ ਸ਼ੇਅਰ ਕਰਨੇ ਆ। ਤੁਹਾਨੂੰ ਵੀਡੀਓ ਪਸੰਦ ਆਏ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਆਪਣੇ ਫਰੈਂਡਸ ਔਰ ਫੈਮਿਲੀਜ਼ ਨਾਲ, ਤਾਂ ਕਿ ਉਹਨਾਂ ਦਾ ਵੀ ਬੈਨੀਫਿਟ ਹੋ ਸਕੇ। ਨਾਲ ਦੇ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਓ, ਕਿਉਂਕਿ ਇਸੇ ਤਰ੍ਹਾਂ ਇਹ ਵੀਡੀਓ ਉਸੇ ਵਕਤ ਤੁਹਾਡੇ ਤੱਕ ਪਹੁੰਚਦਾ ਜਦੋਂ ਅਸੀਂ ਅਪਲੋਡ ਕਰਨੇ ਆ। ਸਿਰਫ ਇੱਕੋ ਚੀਜ਼ ਯਾਦ ਰੱਖਣੀ ਹੈ ਕਿ ਇਹ ਚੈਨਲ ਡੈਡੀਕੇਟਿਡ ਹੈ ਕੈਨੇਡੀਅਨ ਇਮੀਗ੍ਰੇਸ਼ਨ ਤੇ। ਜੋ ਕੁਝ ਵੀ ਕੈਨੇਡੀਅਨ ਇਮੀਗ੍ਰੇਸ਼ਨ ਚ ਹੋਏਗਾ ਇੱਥੇ ਤੁਹਾਨੂੰ ਜ਼ਰੂਰ ਪਤਾ ਲੱਗੇਗਾ। ਸੋ ਸ਼ੁਰੂ ਕਰਨੇ ਆ ਬੇਹੱਦ ਇੰਪੋਰਟੈਂਟ ਵੀਡੀਓ, ਜੋ ਕਿ ਹੈਗਾ ਐਕਸਪ੍ਰੈਸ ਐਂਟਰੀ ਦੇ ਬਾਰੇ। ਐਕਸਪ੍ਰੈਸ ਐਂਟਰੀ ਦਾ ਅੱਜ 38th ਐਕਸਪ੍ਰੈਸ ਐਂਟਰੀ ਦਾ ਡਰਾਅ ਆਇਆ ਹੈ 2024 ਦਾ। ਡਰਾਅ ਨੰਬਰ ਹੈਗਾ 316, 316 ਡਰਾਅ ਨੰਬਰ ਹੈ। ਤੇ ਸਭ ਤੋਂ ਪਹਿਲਾਂ ਆਪਾਂ ਗੌਰਮੈਂਟ ਦੀ ਵੈਬਸਾਈਟ ਤੇ ਚੱਲ ਕੇ ਡਰਾਅ ਦੇਖ ਲਈਏ ਕਿ ਕਿਸ ਤਰ੍ਹਾਂ ਦਾ। ਸੋ ਗੌਰਮੈਂਟ ਦੀ ਵੈਬਸਾਈਟ ਤੋਂ ਅਗਰ ਅਸੀਂ ਡਰਾਅ ਦੇਖਨੇ ਆ, 38th ਐਕਸਪ੍ਰੈਸ ਐਂਟਰੀ ਡਰਾਅ ਕੁਝ ਇਸ ਤਰੀਕੇ ਨਾਲ ਗੌਰਮੈਂਟ ਦੀ ਵੈਬਸਾਈਟ। ਸੋ ਇਹ ਸਾਰੀ ਚੀਜ਼ ਮੈਂ ਲਾਈਨ ਬਾਏ ਲਾਈਨ ਤੁਹਾਨੂੰ ਕੋਸ਼ਿਸ਼ ਕਰਾਂਗਾ ਸਾਰੀ ਦੱਸਦਾ ਜਾਵਾਂ। ਸੋ ਹਾਈਲਾਈਟਸ ਦੇਖਨੇ ਆ। ਸਭ ਤੋਂ ਪਹਿਲਾਂ ਹਾਈਲਾਈਟ ਡਰਾਅ ਕਦ ਆਇਆ। ਡਰਾਅ ਆਇਆ ਅੱਜ ਜੋ ਕਿ 7th ਅਕਤੂਬਰ ਮੰਡੇ ਹੈਗਾ, 7th ਅਕਤੂਬਰ ਮੰਡੇ ਨੂੰ ਇਹ ਡਰਾਅ ਆਇਆ ਤੇ ਕਿੰਨੇ ਲੋਕਾਂ ਨੂੰ ਬੁਲਾਇਆ ਗਿਆ। ਸੋ 1613 ਲੋਕਾਂ ਨੂੰ ਬੁਲਾਇਆ ਗਿਆ, ਸੱਦਾ ਪੱਤਰ ਦਿੱਤਾ ਗਿਆ, ITA ਦਿੱਤਾ ਗਿਆ। ਕਿਸ ਤਰ੍ਹਾਂ ਦਾ ਡਰਾਅ ਹੈ? ਸੋ ਇਹ ਡਰਾਅ ਜਿਹੜਾ ਹੈਗਾ ਹੈ PNP ਦਾ ਡਰਾਅ ਹੈ। ਸੋ ਅਗਲੀ ਜਿਹੜੀ ਚੀਜ਼ ਹੈਗੀ ਹੈ ਕਿ CRS ਕਿੰਨਾ ਹੈ। ਜੇ CRS ਦੀ ਗੱਲ ਕਰੀਏ ਤਾਂ CRS 743 ਹੈ, 743 743 CRS ਸਕੋਰ ਹੈ। ਤੇ ਜੇ ਆਪਾਂ ਪਿਛਲੇ ਡਰਾਅ ਦੀ ਗੱਲ ਕਰੀਏ, ਸੋ ਪਿਛਲੇ ਡਰਾਅ ਦੇ ਕੰਪੈਰੀਜ਼ਨ ਚ ਜੋ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾਅ ਸੀ, ਅਗਰ ਉਹਦੇ ਨਾਲ ਕੰਪੇਅਰ ਕਰਾਂਗੇ ਤੇ ਇਹ ਇਨਕਰੀਜ਼ ਹੋਇਆ ਤੇ ਇਹ ਜਿਹੜਾ 234 ਪੁਆਇੰਟਸ ਇਨਕਰੀਜ਼ ਹੋ ਗਿਆ 19 ਸਤੰਬਰ ਦੇ ਜਿਹੜਾ ਡਰਾਅ ਲਾਸਟ ਹੋਇਆ ਸੀ ਇਸ ਤੋਂ ਪਹਿਲੇ ਵਾਲਾ ਉਹਦੇ ਮੁਕਾਬਲੇ। ਸੋ ਕਾਫੀ ਦੇਰ ਤੋਂ ਐਕਸਪ੍ਰੈਸ ਐਂਟਰੀ ਦਾ ਡਰਾਅ ਨਹੀਂ ਆਇਆ, 19 ਸਤੰਬਰ ਤੋਂ ਲੈ ਕੇ ਅੱਜ 7 ਅਕਤੂਬਰ ਹੋ ਗਈ ਹੈ। ਕਾਫੀ ਲੰਬਾ ਗੈਪ ਹੈ, ਬਟ ਅੱਛੀ ਗੱਲ ਹੈ ਕਿ ਡਰਾਅ ਆ ਗਿਆ। ਸੋ ਇੱਕ ਵਾਰੀ ਰਸਤਾ ਖੁੱਲ ਗਿਆ ਤੇ ਮੈਂ ਉਮੀਦ ਕਰਨਾ ਕਿ ਹੋਰ ਡਰਾਅ ਵੀ ਆਣਗੇ। ਸੋ ਨਾਲ ਦੇ ਨਾਲ ਟਾਈ ਬ੍ਰੇਕਿੰਗ ਰੂਲ ਦੇਖ ਲਈਏ, ਮਾਰਚ 22, 2024 ਦਾ ਟਾਈ ਬ੍ਰੇਕਿੰਗ ਰੂਲ ਲੱਗਿਆ। ਸਭ ਤੋਂ ਪਹਿਲਾਂ ਮੁਬਾਰਕਾਂ ਦੇ ਲਈਏ, ਮੁਬਾਰਕਾਂ ਹਰ ਉਸ ਸ਼ਖਸ ਨੂੰ, ਹਰ ਉਸ ਨੂੰ ਜਿਹਦਾ ਇਸ ਡਰਾਅ ਦੇ ਵਿੱਚ ਨਾਂ ਆਇਆ, ਕਿਉਂਕਿ ਮੈਂ ਜੋ ਹਮੇਸ਼ਾ ਕਹਿਣਾ ਫਿਰ ਕਹਾਂਗਾ, ਇਹ ਤੁਹਾਡਾ ਗੋਲਡਨ ਟਿਕਟ ਹੈ। ਗੋਲਡਨ ਟਿਕਟ ਇਹਨਾਂ ਤੁਹਾਡੇ ਕੋਲ ਬਾਰ ਬਾਰ ਨਹੀਂ ਆਉਂਦਾ ਜ਼ਿੰਦਗੀ ਚ, ਇਹ ਤੁਹਾਨੂੰ ਇੱਕ ਵਾਰ ਜ਼ਿੰਦਗੀ ਚ ਮੌਕਾ ਮਿਲਿਆ। ਬਸ ਇਸ ਗੋਲਡਨ ਟਿਕਟ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ, ਇਸਤੇਮਾਲ ਕਰਕੇ ਆਪਣੀ ਜਰਨੀ ਕੰਪਲੀਟ ਕਰੋ ਔਰ PR ਹਾਸਲ ਕਰੋ। ਸੋ ਜਿੱਥੇ ਕਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਮੁਸ਼ਕਿਲ ਹੈ, ਕੋਈ ਅੜਚਨ ਹੈ, ਤੁਹਾਨੂੰ ਕੋਈ ਪ੍ਰੋਫੈਸ਼ਨਲ ਹੈਲਪ ਦੀ ਲੋੜ ਹੈ, ਤੁਸੀਂ ਸਾਡੇ ਕੋਲ ਆ ਸਕਦੇ ਹੋ, ਅਸੀਂ ਤੁਹਾਨੂੰ ਅੱਗੇ ਲਿਜਾ ਸਕਦੇ ਹਾਂ ਇਸ ਜਰਨੀ ਦੇ ਵਿੱਚ। ਸੋ ਮੁਬਾਰਕਾਂ ਤੋਂ ਬਾਅਦ ਅਸੀਂ ਚੱਲਦੇ ਹਾਂ ਅਗਲੀ ਚੀਜ਼, ਉਹ ਹੈਗਾ ਐਕਸਪ੍ਰੈਸ ਐਂਟਰੀ ਦਾ ਇਸ ਫਾਰਮੈਟ ਨੂੰ ਸਮਝਣਾ। ਸੋ ਐਕਸਪ੍ਰੈਸ ਐਂਟਰੀ ਬੇਸਿਕਲੀ ਦੋ ਹਿੱਸਿਆਂ ਚ ਵੰਡਿਆ ਹੋਇਆ ਹੈ, ਇੱਕ ਹੈਗਾ ਜਿਹੜਾ ਫੈਡਰਲ ਕੰਪੋਨੈਂਟ ਹੈ ਔਰ ਦੂਜਾ ਪ੍ਰੋਵਿੰਸ਼ੀਅਲ ਕੰਪੋਨੈਂਟ ਹੈ। ਜਿਹੜਾ ਫੈਡਰਲ ਕੰਪੋਨੈਂਟ ਹੈ ਉਹ ਫਰਦਰ 3 ਹਿੱਸਿਆਂ ਚ ਵੰਡਿਆ ਹੋਇਆ ਹੈ, ਜੋ ਕਿ ਹੈਗਾ ਫੈਡਰਲ ਸਕਿੱਲਡ ਵਰਕਰ, ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਫੈਡਰਲ ਸਕਿੱਲਡ ਟ੍ਰੇਡ। ਸੋ ਪ੍ਰੋਵਿੰਸ ਦਾ ਜਿਹੜਾ ਕੰਪੋਨੈਂਟ ਹੈ ਉਹਨੂੰ ਅਸੀਂ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਕਹਿੰਦੇ ਹਾਂ, PNP
ਸ਼ਾਰਟ ਦੇ ਵਿੱਚ ਐਕਰੋਨੇਮ ਹੈ ਪੀਐਨਪੀ ਪ੍ਰੋਵਿਜ਼ਨਲ ਨੋਮੀਨੀ ਪ੍ਰੋਗਰਾਮ। ਸੋ ਪੀਐਨਪੀ ਜਿਹੜਾ ਹੈਗਾ ਇਹ ਅੱਜ ਇਹਦਾ ਡਰਾ ਆਇਆ। ਸੋ ਉਹ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਕਿ ਕਿੱਥੇ ਡਰਾ ਕਿਉਂ ਹੈ, ਕਿਹੜਾ ਹੈਗਾ ਹੈ ਤੇ ਸੀਆਰਐਸ ਕਿਉਂ ਜ਼ਿਆਦਾ ਹੈ, ਇਸ ਕਰਕੇ ਕਿਉਂਕਿ ਇਹਦੇ ਵਿੱਚ 600 ਪੁਆਇੰਟ ਤੁਹਾਨੂੰ ਪੀਐਨਪੀ ਨੋਮੀਨੇਸ਼ਨ ਦੇ ਵੀ ਮਿਲਦੇ ਨੇ। ਸੋ ਇਸ ਤੋਂ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ। ਤੇ ਹੁਣ ਆਪਾਂ ਚੱਲੇ ਹਾਂ ਇਸ ਵੀਡੀਓ ਦਾ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਜਿਹੜਾ ਹੈਗਾ ਉਹ ਹੈਗਾ ਐਨਾਲਿਸਿਸ। ਸੋ ਜੇ ਐਨਾਲਿਸਿਸ ਦੀ ਗੱਲ ਕਰੀਏ ਨਾ, ਬਹੁਤੀਆਂ ਚੀਜ਼ਾਂ ਨਹੀਂ ਤੁਹਾਨੂੰ ਦੇਖਣੀਆਂ, ਸਿਰਫ ਦੋ ਚੀਜ਼ਾਂ ਦੇਖਣੀਆਂ ਨੇ, ਇੱਕ ਹੈਗਾ ਆਈਟੀਏ ਤੇ ਦੂਜਾ ਹੈਗਾ ਸੀਆਰਐਸ। ਇਹ ਦੋ ਚੀਜ਼ਾਂ ਦੇਖਣੀਆਂ ਨੇ। ਜਦੋਂ ਵੀ ਆਪਾਂ ਆਈਟੀਏ ਦੀ ਗੱਲ ਕਰਾਂਗੇ ਨਾ, ਇਹ ਦੇਖਣਾ ਪਏਗਾ ਕਿ ਕਿੰਨੇ ਡਰਾ ਆਏ। ਜੇ ਡਰਾ ਜ਼ਿਆਦਾ ਆਣਗੇ ਨਾ, ਆਈਟੀਏ ਵੀ ਜ਼ਿਆਦਾ ਹੋਣਗੇ। ਔਰ ਸੀਆਰਐਸ ਜਿਹੜਾ ਨਾ, ਇੱਕ ਗੱਲ ਦੇਖੋ ਕਿ ਸੀਆਰਐਸ ਜੇ ਘਟੇਗਾ ਤੁਹਾਡਾ ਨੰਬਰ ਆਏਗਾ। ਸੋ ਇਸ ਕਰਕੇ ਆਈਟੀਏ ਜ਼ਿਆਦਾ ਹੋਣ ਤੇ ਤਾਂ ਤੁਹਾਡੀ ਵਾਰੀ ਆਉਂਦੀ ਹੈ, ਸੀਆਰਐਸ ਘਟਦਾ ਤਾਂ ਤੁਹਾਡੀ ਵਾਰੀ ਆਉਂਦੀ ਹੈ। ਸੋ ਇਹ ਦੋ ਚੀਜ਼ਾਂ ਤੁਸੀਂ ਧਿਆਨ ਚ ਰੱਖਣੀਆਂ ਨੇ। ਆਈਟੀਏ ਜਦੋਂ ਗੱਲ ਕਰੀਏ ਤੇ ਡਰਾ ਹਰ ਮਹੀਨੇ ਕਿੰਨੇ ਡਰਾ ਹੋਏ ਸੀ ਉਹਦੀ ਗੱਲ ਕਰਾਂਗੇ, ਤੇ ਡਰਾ ਹਰ ਮਹੀਨੇ ਸਭ ਤੋਂ ਜ਼ਿਆਦਾ ਡਰਾ ਅਗਰ ਆਪਾਂ ਐਨਾਲਿਸਿਸ ਕਰੀਏ ਤੇ ਜਿਹੜਾ ਸਭ ਤੋਂ ਜ਼ਿਆਦਾ ਡਰਾ ਹੋਏ ਸੀ ਉਹ ਜੁਲਾਈ ਦੇ ਮਹੀਨੇ ਚ 9 ਡਰਾ ਹੋਏ ਸੀ। ਜੁਲਾਈ ਨੂੰ ਅਗਰ ਫੋਲੋ ਕਰਦਾ ਹੈ ਤੇ ਉਹ ਹੈਗਾ ਫਰਵਰੀ। ਫਰਵਰੀ ਦੇ ਮਹੀਨੇ ਚ 6 ਡਰਾ ਹੋਏ ਸੀ ਔਰ ਜਿਹੜਾ ਉਸ ਤੋਂ ਪਹਿਲਾਂ ਅਗਸਤ ਦੇ ਵਿੱਚ 5 ਡਰਾ ਹੋਏ ਸੀ। ਸੋ ਸਭ ਤੋਂ ਜ਼ਿਆਦਾ ਜੁਲਾਈ ਦੇ ਮਹੀਨੇ ਚ ਡਰਾ ਹੋਏ ਸੀ ਤੇ ਜੇ ਜੁਲਾਈ ਦੇ ਮਹੀਨੇ ਚ ਡਰਾ ਜ਼ਿਆਦਾ ਨੇ ਨਾ ਤੇ ਆਈਟੀਏ ਵੀ ਜ਼ਿਆਦਾ ਨੇ। ਪਹਿਲੇ ਗ੍ਰਾਫਿਕਲੀ ਦੇਖ ਲਈਏ ਕਿ ਡਰਾ ਕਿਹਦੇ ਵਿੱਚ ਸਭ ਤੋਂ ਜ਼ਿਆਦਾ ਹੋਏ। ਅਗਰ ਤੁਸੀਂ ਗ੍ਰਾਫਿਕਲੀ ਦੇਖੋਗੇ ਤੇ ਤੁਹਾਨੂੰ ਕਲੀਅਰ ਨਜ਼ਰ ਆ ਜਾਏਗਾ ਕਿ ਜੁਲਾਈ ਦੇ ਮਹੀਨੇ ਚ 9 ਡਰਾ ਹੋਏ ਨੇ ਔਰ ਫਰਵਰੀ ਦੇ ਮਹੀਨੇ ਚ 6 ਡਰਾ ਹੋਏ ਨੇ, ਅਗਸਤ ਦੇ ਮਹੀਨੇ ਚ 5 ਹੋਏ ਨੇ, ਅਕਤੂਬਰ ਦਾ ਮਹੀਨਾ ਅਜੇ ਸ਼ੁਰੂ ਹੋਇਆ, ਪਹਿਲਾ ਡਰਾ ਹੋਇਆ, ਮੈਂ ਉਮੀਦ ਕਰਨਾ ਕਿ ਹੋਰ ਡਰਾ ਜ਼ਰੂਰ ਹੋਣਗੇ। ਸੋ ਇਹ ਤੁਸੀਂ ਨੰਬਰ ਆਫ ਡਰਾ ਦੇਖ ਲਿੱਤੇ। ਹੁਣ ਤੁਸੀਂ ਜਿਹੜੀ ਚੀਜ਼ ਦੇਖਣੀ ਹੈ ਉਹ ਹੈਗੀ ਹੈ ਆਈਟੀਏ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਵਾਂ ਕਿ ਜਦੋਂ ਨੰਬਰ ਆਫ ਡਰਾ ਜ਼ਿਆਦਾ ਹੋਣਗੇ ਆਈਟੀਏ ਵੀ ਜ਼ਿਆਦਾ ਹੋਣਗੇ, ਇਹਦਾ ਸਾਹਮਣੇ ਤੁਹਾਡੇ ਪ੍ਰਮਾਣ ਹੈਗਾ ਇਹ। ਸੋ ਅਗਰ ਤੁਸੀਂ ਦੇਖੋਗੇ ਸਭ ਤੋਂ ਜ਼ਿਆਦਾ ਆਈਟੀਏ ਪੂਰੇ ਸਾਲ ਦੇ ਵਿੱਚ ਜੁਲਾਈ ਦੇ ਮਹੀਨੇ 'ਚ ਆਏ ਨੇ 25,000, ਕਿਉਂਕਿ 9 ਡਰਾ ਸੀ, ਔਰ ਫਰਵਰੀ ਦੇ ਮਹੀਨੇ ਦੇ ਵਿੱਚ 16,000 ਆਈਟੀਏ ਆਏ ਨੇ ਕਿਉਂਕਿ 6 ਡਰਾ ਸੀ। ਉਸ ਤੋਂ ਬਾਅਦ ਅਗਸਤ ਦੇ ਮਹੀਨੇ ਦੇ ਵਿੱਚ 10,000 ਆਈਟੀਏ ਆਏ ਨੇ ਕਿਉਂਕਿ ਉਸ ਮਹੀਨੇ ਦੇ ਵਿੱਚ 5 ਡਰਾ ਹੋਏ ਸੀ। ਸੋ ਬੜਾ ਕਲੋਜ਼ਲੀ ਟਾਈਡ ਹੈ ਨੰਬਰ ਆਫ ਡਰਾਸ ਔਰ ਨੰਬਰ ਆਫ ਆਈਟੀਏ। ਟੋਟਲ ਅਗਰ ਤੁਸੀਂ ਦੇਖੋਗੇ ਹੁਣ ਤੱਕ 86,000 ਪੀਪਲ ਜਿਹੜੇ ਨੇ ਉਹਨਾਂ ਨੂੰ ਸੱਦਾ ਪੱਤਰ ਆ ਚੁੱਕਾ, 86,000। ਸੋ ਮੈਂ ਹਮੇਸ਼ਾ ਕਹਿੰਦਾ ਐਕਸਪ੍ਰੈਸ ਐਂਟਰੀ ਤੋਂ ਬੈਟਰ, ਐਕਸਪ੍ਰੈਸ ਐਂਟਰੀ ਤੋਂ ਵਧੀਆ ਔਰ ਐਕਸਪ੍ਰੈਸ ਐਂਟਰੀ ਤੋਂ ਵੱਡਾ ਕੋਈ ਪ੍ਰੋਗਰਾਮ ਨਹੀਂ ਹੈ। ਸੋ ਅਗਰ ਗੱਲ ਕਰੀਏ ਤੇ ਆਈਟੀਏ ਦੀ ਗੱਲ ਕਰ ਲੈਣੀ ਆ। ਹੁਣ ਆਈਟੀਏ ਜਿਹੜਾ ਜਿਸ ਤਰ੍ਹਾਂ ਕਿ ਗ੍ਰਾਫਿਕਲੀ ਤੁਹਾਨੂੰ ਮੈਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਈਜ਼ੀਲੀ ਸਮਝ ਆਏਗਾ, 25,000 ਆਈਟੀਏ ਜੁਲਾਈ ਦੇ ਮਹੀਨੇ ਚ, 16,000 ਆਈਟੀਏ ਫਰਵਰੀ ਦੇ ਮਹੀਨੇ ਚ ਔਰ ਅਗਸਤ ਚ 10,000। ਸੋ ਇਹ ਚੀਜ਼ਾਂ ਜਾਣਨੀਆਂ ਬੜੀਆਂ ਜ਼ਰੂਰੀ ਨੇ ਕਿ ਕਿੱਥੇ ਕੀ ਹੋ ਰਿਹਾ ਤੇ ਉਸ ਹਿਸਾਬ ਨਾਲ ਤੁਸੀਂ ਆਪਣੇ ਆਪ ਨੂੰ ਟਿਊਨ ਅਪ ਕਰ ਸਕਦੇ ਹੋ। ਸੋ ਅਗਰ ਟੋਟਲ ਹੁਣ ਤੱਕ ਦੇਖਿਆ ਜਾਏ 38 ਡਰਾ ਹੋਏ ਨੇ, ਇੱਕ ਇੱਕ ਡਰਾ ਦੀ ਇਨਫੋਰਮੇਸ਼ਨ ਤੁਹਾਡੀ ਅੱਖਾਂ ਦੇ ਸਾਹਮਣੇ ਇਹ ਹੈਗੀ। ਸੋ ਪੂਰੀ 38 ਦੇ 38 ਡਰਾ ਇੱਕੋ ਜਗ੍ਹਾ ਤੇ ਟੋਟਲ ਜੋੜ ਕੇ ਹੁਣ ਤੱਕ 86,000 ਲੋਕਾਂ ਨੂੰ ਬੁਲਾਇਆ ਜਾ ਚੁੱਕਾ ਹੈ। ਸਾਰੀ ਇਨਫੋਰਮੇਸ਼ਨ ਇੱਥੇ ਤੁਹਾਡੇ ਸਾਹਮਣੇ ਹੈਗੀ ਹੈ, ਹਰ ਡੇਟ ਡੇ ਬਾਈ ਡੇ, ਡਰਾ ਬਾਈ ਡਰਾ, ਕੈਟੇਗਰੀ ਬਾਈ ਕੈਟੇਗਰੀ ਸਾਰੀ ਇਨਫੋਰਮੇਸ਼ਨ ਇੱਥੇ ਤੁਹਾਡੇ ਕੋਲ। ਸੋ ਆਪਾਂ ਅੱਗੇ ਚੱਲਦੇ ਹਾਂ। ਅੱਗੇ ਜਿਹੜੀ ਚੀਜ਼ ਹੈਗੀ ਹੈ ਕਿ ਹੁਣ ਤੱਕ ਵੱਖਰੀ ਵੱਖਰੀ ਚੀਜ਼ਾਂ 'ਚ ਕਿਹੜੇ ਕਿਹੜੇ ਡਰਾ ਆਏ। ਸੋ ਕੈਟੇਗਰੀ ਬੇਸਡ ਸਿਸਟਮ ਹੈ, ਕੈਟੇਗਰੀਆਂ 6 ਨੇ, ਐਗਰੀਕਲਚਰ ਏ, ਸਟੈਮ ਏ, ਹੈਲਥ ਕੇਅਰ ਏ,
ਟ੍ਰੇਡ ਏ, ਟਰਾਂਸਪੋਰਟ ਏ ਤੇ ਫਰੈਂਚ ਏ, ਇਹ 6 ਕੈਟੇਗਰੀਜ਼ ਨੇ। ਉਹ 6 ਕੈਟੇਗਰੀਜ਼ ਦੇ ਵਿੱਚ ਜਿਹੜੇ ਡਰਾ ਆਏ ਨੇ ਉਹ ਸਭ ਤੋਂ ਜ਼ਿਆਦਾ ਆਏ ਨੇ, 35,000 ਲੋਕਾਂ ਨੂੰ ਉਹਦੇ ਵਿੱਚ ਬੁਲਾਇਆ ਗਿਆ ਹੈ। ਇਹ ਤੁਹਾਡੇ ਸਾਹਮਣੇ ਸਾਰੀ ਇਨਫੋਰਮੇਸ਼ਨ ਹੈ ਹੁਣ ਤੱਕ ਕੈਟੇਗਰੀ ਬੇਸ ਸਿਸਟਮ 'ਚ ਕਿਹੜੇ ਡਰਾ ਆਏ। 6 ਕੈਟੇਗਰੀਆਂ ਨੇ, 6 ਦੇ 6 ਤੁਹਾਡੇ ਸਾਹਮਣੇ। ਸੋ ਕੈਟੇਗਰੀ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਦੂਜਾ ਨੰਬਰ ਆਉਂਦਾ ਹੈ ਸੀਈਸੀ ਦਾ, ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ। ਕੈਨੇਡੀਅਨ ਐਕਸਪੀਰੀਅੰਸ ਕਲਾਸ ਉਹਨਾਂ ਲੋਕਾਂ ਵਾਸਤੇ ਜਿਹੜੇ ਇੱਥੇ ਕੈਨੇਡਾ 'ਚ ਹੈਗੇ ਨੇ, ਜਿਨ੍ਹਾਂ ਨੇ ਕੈਨੇਡਾ 'ਚ ਵਰਕ ਐਕਸਪੀਰੀਅੰਸ ਲਿੱਤਾ ਹੈ, ਚਾਹੇ ਉਹ ਥਰੂ LMIA ਵਰਕ ਪਰਮਿਟ ਲਿੱਤਾ ਹੈ, ਚਾਹੇ ਉਹ PGWP ਦੇ ਥਰੂ ਵਰਕ ਪਰਮਿਟ ਤੇ ਹਾਸਲ ਕੀਤਾ ਹੈਗਾ, ਬਟ ਕੈਨੇਡਾ ਦਾ ਵਰਕ ਐਕਸਪੀਰੀਅੰਸ ਉਹਨਾਂ ਨੇ ਲਿੱਤਾ ਹੈਗਾ, ਤੇ ਉਹ ਸੀਈਸੀ ਕਲਾਸ 'ਚ ਆਉਂਦੇ ਨੇ। ਤੇ ਸੀਈਸੀ ਕਲਾਸ ਦੇ ਹੁਣ ਤੱਕ 24,800 ਲੋਕਾਂ ਨੂੰ ਬੁਲਾਇਆ ਜਾ ਚੁੱਕਾ ਹੈ। ਇਹ ਤੁਹਾਡੇ ਸਾਹਮਣੇ ਸਾਰੀ ਡਿਟੇਲ ਹੈਗੀ। ਸੀਈਸੀ ਦੇ ਬਾਅਦ ਆਲ ਪ੍ਰੋਗਰਾਮ ਡਰਾਅ ਹੈ, ਜਿਹਦੇ 'ਚ ਅਸੀਂ ਕੁਛ ਵੀ ਕਿੱਥੋਂ ਵੀ ਪਿੱਕ ਹੋ ਸਕਦੇ ਨੇ। ਸੋ ਆਲ ਪ੍ਰੋਗਰਾਮ ਡਰਾਅ ਦੇ ਵਿੱਚ ਅਗਰ ਗੱਲ ਕਰੀਏ ਤੇ ਹੁਣ ਤੱਕ 14,400 ਲੋਕਾਂ ਨੂੰ ਬੁਲਾਇਆ ਜਾ ਚੁੱਕਾ ਹੈ। ਇਹ ਤੁਹਾਡੇ ਸਾਹਮਣੇ ਸਾਰੀ ਇਨਫੋਰਮੇਸ਼ਨ ਹੈ। ਆਖਿਰ ਦੇ ਵਿੱਚ PNP ਹੈ। ਸੋ PNP ਅੱਜ ਦਾ ਡਰਾਅ ਮਿਲਾ ਕੇ ਅਗਰ ਅਸੀਂ ਗੱਲ ਕਰੀਏ ਤੇ 12,000 ਲੋਕਾਂ ਨੂੰ ਹੁਣ ਤੱਕ PNP 'ਚ ਬੁਲਾਇਆ ਜਾ ਚੁੱਕਾ ਹੈ। ਸੋ ਇਹਦੇ ਨਾਲ ਅਗਰ ਤੁਸੀਂ ਇਹਨੂੰ ਸਭ ਚੀਜ਼ਾਂ ਨੂੰ ਗ੍ਰਾਫਿਕਲੀ ਦੇਖੋਗੇ ਕਿਹਦਾ ਕਿੰਨਾ ਸ਼ੇਅਰ ਹੈ, ਤੁਹਾਨੂੰ ਚੀਜ਼ਾਂ ਬਹੁਤ ਕਲੀਅਰ ਹੋ ਜਾਂਦੀਆਂ। ਸਭ ਤੋਂ ਵੱਡਾ ਸ਼ੇਅਰ ਜਿਹੜਾ ਹੈਗਾ ਉਹ ਹੈਗਾ 35,000 ਕੈਟੇਗਰੀ ਬੇਸ ਸਿਸਟਮ 'ਚ, ਯਾਨੀ ਕਿ ਚਾਂਸਿਸ ਨੇ ਜੇ ਤੁਸੀਂ ਕਿਸੇ ਕੈਟੇਗਰੀ 'ਚ ਹੋ। ਔਰ ਇਹ ਗੱਲ ਦਾ ਪ੍ਰਮਾਣ ਜਿਹੜਾ ਹੈ ਕੱਲ ਵੀ ਜਿਹੜੀ ਅਨਾਊਂਸਮੈਂਟ ਹੋਈ PGWP ਦੀ ਉਹਦੇ ਵਿੱਚ ਵੀ ਦਿੱਤਾ ਗਿਆ ਕਿ ਅੱਗੋਂ ਜਿਹੜੇ ਕੋਰਸਿਸ ਨੇ ਉਹ ਅਲਾਈਨ ਹੋ ਜਾਣਗੇ ਐਕਸਪ੍ਰੈਸ ਐਂਟਰੀ ਨਾਲ। ਸੋ ਯਾਨੀ ਕਿ ਕੈਟੇਗਰੀ ਬੇਸ ਸਿਸਟਮ 'ਚ ਹੋਰ ਡਰਾਅ ਆਉਣ ਦੀ ਉਮੀਦ ਹੈ। ਸੋ 35,000 ਲੋਕਾਂ ਨੂੰ ਤੇ ਆਲਰੇਡੀ ਕੈਟੇਗਰੀ ਬੇਸ ਸਿਸਟਮ 'ਚ ਡਰਾਅ ਆਇਆ ਹੈ। ਸੀਈਸੀ ਦੇ 24,800 ਤੇ ਜਨਰਲ 14,000, ਅਗਰ ਟੋਟਲ ਦੇਖੋਗੇ ਤੇ 86,000 ਟੋਟਲ ਹੈਗਾ। ਔਰ ਗ੍ਰਾਫਿਕਲੀ ਅਗਰ ਤੁਸੀਂ ਦੇਖੋਗੇ ਤੇ ਅਗਰ ਗ੍ਰਾਫ ਤੁਸੀਂ ਦੇਖੋਗੇ ਜਿਹੜਾ ਬਲੂ ਪਾਰਟ ਹੈ ਉਹ ਕੈਟੇਗਰੀ ਬੇਸਡ ਹੈ, 40% ਸ਼ੇਅਰ ਸਿਰਫ ਬਲੂ ਪਾਰਟ ਕੋਲੇ। ਉਸ ਤੋਂ ਬਾਅਦ ਜਿਹੜਾ ਔਰੇਂਜ ਪਾਰਟ ਹੈ 30% ਸ਼ੇਅਰ ਔਰੇਂਜ ਪਾਰਟ ਕੋਲੇ, 30% ਜਿਹੜਾ ਔਰੇਂਜ ਹੈਗਾ ਉਹ ਹੈਗਾ ਕੈਟੇਗਰੀ ਬੇਸ ਸਿਸਟਮ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ, ਤੇ ਬਲੂ ਜਿਹੜਾ ਹੈਗਾ ਉਹ 40% ਹੈ ਉਹ ਹੈਗਾ ਕੈਟੇਗਰੀ ਬੇਸ ਸਿਸਟਮ। ਸੋ ਇੱਥੇ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਹੈਗੀ ਹੈ। ਹੁਣ ਆਪਾਂ ਗੱਲ ਕਰੀਏ ਕਿ ਲੋਐਸਟ CRS ਕਿਹਦੇ ਕੋਲ। ਫ੍ਰੈਂਚ ਦੇ ਇਲਾਵਾ ਲੋਐਸਟ CRS ਕਿਸੇ ਕੋਲ ਨਹੀਂ ਆ ਸਕਦਾ। ਅੱਜ ਤੱਕ ਇਸ ਸਾਲ ਦਾ ਰਿਕਾਰਡ ਫ੍ਰੈਂਚ ਕੋਲ ਹੀ ਹੈਗਾ ਔਰ ਫ੍ਰੈਂਚ ਕੋਲ ਹੀ ਰਹੇਗਾ, ਕਿਉਂਕਿ ਫ੍ਰੈਂਚ ਦਾ ਜਿਹੜਾ ਲੋਐਸਟ ਸਕੋਰ ਸੀ ਉਹ ਹੈਗਾ 336 ਔਰ ਫ੍ਰੈਂਚ ਕੋਲ ਹੀ ਇਹ ਲੋਐਸਟ ਸਕੋਰ ਰਹੇਗਾ। ਹੁਣ CRS ਆਪਾਂ ਦੇਖ ਲਿੱਤਾ, ਹੁਣ ਆਪਾਂ ਇਹ ਦੇਖ ਲਈਏ ਕਿ ਪੂਲ 'ਚ ਕਿੰਨੀਆਂ ਕੁ ਫਾਈਲਾਂ ਨੇ। ਇਸ ਵਕਤ 2,00,000 ਤੇ 10,000 ਦੇ ਕਰੀਬ ਫਾਈਲਾਂ ਪੂਲ 'ਚ ਹੈਗੀਆਂ ਨੇ। ਇਹ ਤੁਹਾਡੇ ਸਾਹਮਣੇ ਨੰਬਰ ਹੈ, 2,10,000 ਫਾਈਲਾਂ ਐਕਸਪ੍ਰੈਸ ਐਂਟਰੀ ਦੇ ਪੂਲ 'ਚ ਹੈਗੀਆਂ। ਹੁਣ ਅਗਰ ਇਹ ਡੇਟ ਦੀ ਗੱਲ ਕਰੀਏ ਤੇ ਇਹ 7 ਅਕਤੂਬਰ ਲੇਟੈਸਟ ਅੱਜ ਐਜ਼ ਔਨ 7 ਅਕਤੂਬਰ ਦੇ ਨੂੰ 2,10,000 ਫਾਈਲਾਂ ਪੂਲ 'ਚ ਹੈਗੀਆਂ ਨੇ। ਜਿਹੜਿਆਂ ਦੇ CRS ਥੋੜੇ ਨੇ ਉਹਨਾਂ ਦੀ ਮੈਂ ਗੱਲ ਨਹੀਂ ਕਰ ਰਿਹਾ, ਲੇਕਿਨ ਅਗਰ ਆਪਾਂ ਟਾਪ CRS ਦੀ ਗੱਲ ਕਰੀਏ, ਯਾਨੀ ਕਿ 500 ਤੋਂ ਲੈ ਕੇ 600 ਤੱਕ ਦੇ CRS, ਉਹਦੇ ਵਿੱਚ ਵੀ 11,000 ਲੋਕਾਂ ਦੀਆਂ ਫਾਈਲਾਂ ਹੈਗੀਆਂ ਨੇ ਔਰ 491 ਤੋਂ 500 ਦੇ ਵਿੱਚ ਵੀ 11,000 ਲੋਕਾਂ ਦੀਆਂ ਫਾਈਲਾਂ ਨੇ। ਸੋ ਮੈਨੂੰ ਨਹੀਂ ਲੱਗਦਾ ਕਿ CRS ਕੋਈ ਬਹੁਤਾ ਥੱਲੇ ਆਏਗਾ। ਹਾਂ, ਇਹ ਹੋ ਸਕਦਾ ਹੈ ਕਿ 505-503 ਦੇ ਆਸ ਪਾਸ ਤੁਸੀਂ ਉਮੀਦ ਕਰ ਸਕਦੇ ਹੋ, ਲੇਕਿਨ ਬਹੁਤ ਜ਼ਿਆਦਾ ਥੱਲੇ ਨਹੀਂ ਆਏਗਾ। 500 ਤੋਂ ਥੱਲੇ ਕਦ ਆਏਗਾ ਕਹਿਣਾ ਮੁਸ਼ਕਿਲ ਹੈ, ਕਿਉਂਕਿ ਫਾਈਲਾਂ ਬਹੁਤ ਪਈਆਂ ਨੇ ਪੂਲ 'ਚ। ਸੋ ਇਸ ਕਰਕੇ ਥੋੜ੍ਹਾ ਜਿਹਾ ਇਹ ਡਿਫੀਕਲਟ ਹੈ। ਤੁਹਾਡੇ ਕੋਲ ਇੱਕ ਸਵਾਲ ਜ਼ਰੂਰ ਕਰਾਂਗਾ, ਤੁਸੀਂ ਇਹ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਕੱਲ੍ਹ CEC ਡਰਾਅ ਆਏਗਾ। ਜਿਨ੍ਹਾਂ ਨੂੰ ਵੀ ਲੱਗਦਾ ਹੈ ਪਲੀਜ਼ ਕਮੈਂਟ ਜ਼ਰੂਰ ਕਰਨਾ ਕਿ CEC ਡਰਾਅ ਕੱਲ੍ਹ ਆ ਸਕਦਾ ਹੈ ਕਿ ਨਹੀਂ ਆ ਸਕਦਾ। ਓਨੈਸਟਲੀ ਮੈਨੂੰ ਲੱਗਦਾ ਹੈ ਕਿ ਆਏਗਾ, ਬਾਕੀ ਤੁਹਾਡੀ
ਇੱਛਾ ਤੇ ਉੱਤੇ ਦੇਖੋ ਕਿਸ ਤਰ੍ਹਾਂ ਹੁੰਦਾ ਹੈ ਆਈਆਰਸੀਸੀ ਕੱਲ ਕਿਹੜਾ ਡਰਾ ਕੱਢਦੀ ਹੈ, ਕੱਢਦੀ ਵੀ ਹੈ ਕਿ ਨਹੀਂ ਕੱਢਦੀ, ਇਹ ਵੀ ਕਹਿਣਾ ਮੁਸ਼ਕਿਲ ਹੈ, ਬਟ ਉਮੀਦ ਇਹੀ ਉਹ ਕਰਨੇ ਆ ਕਿ ਸੀਈਸੀ ਦਾ ਡਰਾ ਆਏਗਾ। ਸੋ ਇਹਦੇ ਨਾਲ ਤੁਸੀਂ ਕੋਈ ਵੀ ਤਰ੍ਹਾਂ ਦਾ ਕੇਸ ਹੈ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਇਮੀਗ੍ਰੇਸ਼ਨ ਦਾ ਕੇਸ ਹੈ, ਅਪੀਲ ਹੈ, ਰਿਫਿਊਜ਼ਲ ਹੈ, ਰਿਜੈਕਸ਼ਨ ਹੈ, ਕੁਛ ਵੀ ਹੈਗਾ ਹੈ, ਤੁਸੀਂ ਸਾਡੇ ਨਾਲ ਬੇਝਿਜਕ ਡਿਸਕਸ ਕਰ ਸਕਦੇ ਹੋ, ਅਪੁਆਇੰਟਮੈਂਟ ਬਣਾ ਕੇ ਵਨ ਔਨ ਵਨ ਆਪਣਾ ਪੂਰਾ ਕੇਸ ਪੂਰੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਸਾਡਾ ਇੱਕੋ ਇੱਕ ਆਫਿਸ ਹੈ ਬ੍ਰੈਂਪਟਨ ਦੇ ਵਿੱਚ, ਐਡਰੈਸ, ਈਮੇਲ ਆਈ ਡੀ, ਫੋਨ ਨੰਬਰ ਸਭ ਕੁਛ ਇੱਥੇ ਤੁਹਾਡੇ ਨਾਲ ਸ਼ੇਅਰ ਹੈ। ਬੇਹੱਦ ਜ਼ਰੂਰੀ ਗੱਲ, ਚੈਨਲ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਦ ਵੀਡੀਓ। ਥੈਂਕਸ।